ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਕੋਡ ਆਫ ਕੰਡਕਟ ਜਿਹੜਾ ਉਹ ਲਾਗੂ ਹੋ ਚੁੱਕਾ ਹੈ ਜੀ। ਅੱਜ 27/24 ਤੋਂ ਜਿਹੜੇ ਆ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਜਿਹੜੀ ਡੇਟ ਸ਼ੁਰੂ ਆ। ਅਜਨਾਲਾ ਸਬ ਡਿਵੀਜ਼ਨ ਦੇ ਵਿੱਚ ਪੈਂਦੇ ਸਾਰੇ ਪਿੰਡਾਂ ਦੇ ਨਾਮਜ਼ਦਗੀ ਦਾਖਲ ਕਰਨ ਵਾਸਤੇ ਵੱਖ ਵੱਖ ਜਗ੍ਹਾ ਸਰਕਾਰ ਵੱਲੋਂ ਅਤੇ ਚੋਣ ਕਮਿਸ਼ਨ ਵੱਲੋਂ ਜਿਹੜੇ ਆ ਉਹ ਜਗ੍ਹਾ ਮੁਕਰਰ ਕੀਤੀਆਂ ਗਈਆਂ ਨੇ, ਜਿਵੇਂ ITI ਅਜਨਾਲਾ ਅਤੇ ਐਨੀਮਲ ਹੋਸਪਿਟਲ ਅਜਨਾਲਾ ਅਤੇ ਰਮਦਾਸ ਅਤੇ ਅਜਨਾਲਾ ਸਬ ਡਿਵੀਜ਼ਨ ਦੀਆਂ 3 ਜਗ੍ਹਾ ਜਿਹੜੀਆਂ ਮੁਕਰਰ ਕੀਤੀਆਂ। ਇੱਥੇ ਸਰਕਾਰ ਵੱਲੋਂ ਅਤੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਆ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਅਤੇ ਹਰ ਇਲੈਕਸ਼ਨ ਚੋਣ ਲੜਨ ਦੇ ਚਾਹਵਾਨ ਨੂੰ ਜਿਹੜਾ ਵਾ ਉਹ ਬਿਨਾਂ ਕਿਸੇ ਪ੍ਰਭਾਵ ਦੇ ਉਹ ਆਪਣੇ ਕਾਗਜ਼ ਜਿਹੜੇ ਆ ਉਹ ਦਾਖਲ ਕਰ ਸਕਦੇ ਨੇ ਅਤੇ ਇਲੈਕਸ਼ਨ ਜਿਹੜੀ ਆ ਬਿਲਕੁਲ ਅਮਨ ਅਮਾਨ ਨਾਲ ਹੋਵੇਗੀ। ਸਾਡੇ 15-20% ਜਿਹੜੇ ਨੇ ਅਸਲਾ ਲਾਇਸੈਂਸ ਅਸੀਂ ਜਮ੍ਹਾਂ ਕਰ ਚੁੱਕੇ ਹਾਂ ਜੀ। ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਆ ਸਾਰੇ ਅਸਲਾ ਧਾਰਕਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਜਿਹੜੇ ਲਾਇਸੈਂਸੀ ਅਸਲਾ ਆ ਉਹ ਬਿਨਾਂ ਦੇਰੀ ਤੋਂ ਗਨ ਹਾਊਸ ਅਤੇ ਥਾਣਿਆਂ ਦੇ ਵਿੱਚ ਜਮ੍ਹਾਂ ਕਰਾ ਦੇਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਘਟਨਾ ਨੂੰ ਰੋਕਿਆ ਜਾ ਸਕੇ। ਇਸ ਵੱਲੋਂ ਆਦੇਸ਼ ਜਾਰੀ ਕੀਤੇ ਗਏ ਕਿ 29 ਤਰੀਕ ਤੱਕ ਪੂਰਾ ਮੁਕੰਮਲ ਅਸਲਾ ਜਮ੍ਹਾਂ ਹੋ ਜਾਏਗਾ। ਬਿਲਕੁਲ ਜੀ, DC ਸਾਹਿਬ ਦੇ ਜਿਹੜੇ ਜਾਰੀ ਕੀਤੇ ਗਏ ਹੁਕਮਾਂ ਨੂੰ ਇਨ ਬਿਨ ਜਿਹੜਾ ਲਾਗੂ ਕੀਤਾ ਜਾਏਗਾ ਅਤੇ ਜਿਹੜਾ ਵੀ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗਾ ਕਾਨੂੰਨ ਮੁਤਾਬਕ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਜਿਹੜੀ ਆਪਣੀ ਵੋਟ ਦਾ ਅਧਿਕਾਰ ਆ ਉਹ ਬਿਲਕੁਲ ਬਿਨਾਂ ਕਿਸੇ ਦਬਾਅ ਦੇ ਉਹਨੂੰ ਪੂਰਾ ਕੀਤਾ ਜਾਵੇ ਅਤੇ ਜਿਹੜੇ ਟਰਬਲ ਮੇਕਰ ਨੇ ਜਾਂ ਜਿਹੜੇ ਕੋਈ ਇਹੋ ਜਿਹੀ ਗਲਤ ਹਰਕਤਾਂ ਵਾਲੇ ਅਨਸਰ ਆ ਉਹਨਾਂ ਨੂੰ ਸਾਡੀ ਸਖ਼ਤ ਚੇਤਾਵਨੀ ਆ ਵੀ ਆਪਣੇ ਆਪ 'ਤੇ ਕੰਟਰੋਲ ਰੱਖਣ, ਨਹੀਂ ਤਾਂ ਕਾਨੂੰਨ ਦੀ ਜਿਹੜੀ ਆ ਉਹਦੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ਼ ਸਖ਼ਤ ਕਰ ਸਕਦੇ। ਪੇਂਡੂ ਚੋਣਾਂ ਨੇ ਨਜਾਇਜ਼ ਸ਼ਰਾਬ ਦਾ ਕਾਫ਼ੀ ਪ੍ਰਚਲਨ ਹੁੰਦਾ, ਇਸ ਵਾਰ ਕਿਵੇਂ ਦੀ ਰੋਕਥਾਮ? ਅਸੀਂ ਜੀ ਸਪੈਸ਼ਲ ਟੀਮਾਂ ਬਣਾਈਆਂ ਸਪੈਸ਼ਲ ਸ਼ਰਾਬ ਫੰਡ ਵਾਸਤੇ, ਸਾਡੇ ਐਕਸਾਈਜ਼ ਡਿਪਾਰਟਮੈਂਟ ਵੀ ਸਾਡੇ ਨਾਲ ਅਟੈਚ ਆ ਅਤੇ ਥਾਣਿਆਂ ਤੋਂ ਵੀ ਅਸੀਂ ਜਿਹੜੀਆਂ ਵੱਖ ਵੱਖ ਟੀਮਾਂ ਬਣਾ ਕੇ ਬਕਾਇਦਾ ਚੈਕਿੰਗ ਸ਼ੁਰੂ ਆ। ਕੋਈ ਵੀ ਨਜਾਇਜ਼ ਸ਼ਰਾਬ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਲਾਲਚ ਜਿਹੜਾ ਵੋਟਰ ਨੂੰ ਨਾ ਦੇਵੇ, ਜਿਹਦਾ ਕੋਈ ਇਹੋ ਜਿਹਾ ਫੜਿਆ ਗਿਆ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਬਿਲਕੁਲ ਜੀ, ਅਸੀਂ ਖੁਫੀਆ ਵਿਭਾਗ ਸਾਡਾ CID ਵਿਭਾਗ ਆ, ਸਾਡਾ ਸਪੈਸ਼ਲ ਬ੍ਰਾਂਚ ਆ, ਸਪੈਸ਼ਲ ਸਟਾਫ ਆ, ਜਾਂ ਅਸੀਂ ਆਪਣੇ ਲੈਵਲ 'ਤੇ ਜਿਹੜੇ ਜਿੱਥੇ ਕ੍ਰਿਟੀਕਲ ਪਿੰਡ ਨੇ ਉਹਨਾਂ ਦੀ ਅਸੀਂ ਸ਼ਨਾਖਤ ਕਰ ਲਈ ਆ ਜੀ, ਉਹ ਲਿਸਟਾਂ ਬਣਾ ਲਈਆਂ ਨੇ, ਉਹਨਾਂ ਦੇ ਵਾਸਤੇ ਅਸੀਂ ਸਪੈਸ਼ਲ ਸਿਕਿਉਰਿਟੀ ਪ੍ਰੋਗਰਾਮ ਬਣਾਇਆ ਹੋਇਆ। ਕਿੰਨੇ ਬੂਥ ਕ੍ਰਿਟੀਕਲ ਹੈ? ਬਕਾਇਦਾ ਅਸੀਂ ਉਹਨਾਂ ਦੀ ਪਰਸੈਂਟੇਜ ਰੱਖੀ ਆ ਜੀ, ਕਰੀਬ 12-15% ਜਿਹੜੇ ਸਾਡੇ ਪਿੰਡ ਨੇ ਉਹ ਕ੍ਰਿਟੀਕਲ ਨੇ ਅਤੇ ਜੇ ਉਹਦੇ 'ਚ ਅੱਗੇ ਆਉਣ ਵਾਲੇ ਦਿਨਾਂ 'ਚ ਸਾਨੂੰ ਕੋਈ ਪ੍ਰੋਬਲਮ ਲੱਗਦੀ ਹੋਈ ਅਤੇ ਉਹਦੇ ਵਿੱਚ ਅਗਾਂਹ ਜੇ ਵਧਾਉਣੇ ਪਏ ਤਾਂ ਉਹ ਵੀ ਵਧਾਵਾਂਗੇ।